ਹੋ ਯਾਰ ਇੱਥੇ ਆ ਜਾਓ ਤੁਸੀਂ ਦੋ ਆ ਬੱਚੇ ਅੱਜ ਜਿੰਨੇ ਅੰਦਰ ਆ ਸਕਦੇ ਸੀ ਅੱਜ ਆਏ ਆ ਪਾਸ ਨਹੀਂ ਬਣਾ ਰਹੇ ਅੱਜ ਐਸੀ ਭਾਈਚਾਰਿਆਂ ਦੇ ਬੱਚੇ ਬੱਚੀਆਂ ਤੇ ਬੱਚੇ ਵੱਡੀ ਗਿਣਤੀ 'ਚ ਆਏ ਆ 32% ਆਬਾਦੀ ਹੈ ਐਸੀ ਭਾਈਚਾਰੇ ਦੀ ਪੰਜਾਬ 'ਚ ਜੇ ਇਹ ਆਬਾਦੀ ਨੂੰ ਇਹ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਨੇ ਕਾਂਗਰਸ ਦੀ ਸਰਕਾਰ ਨੇ ਟਾਰਗੇਟ 'ਤੇ ਲੈ ਕੇ ਜਾਣ ਬੁੱਝ ਕੇ ਇੱਕ ਵਿਉਤਬੰਦੀ ਨਾਲ ਇਹਨਾਂ ਦੀ ਸਕਾਲਰਸ਼ਿਪ ਬੰਦ ਕਰਤੀ ਹੈ 3 ਸਾਲ ਪਹਿਲਾਂ ਇਹਨਾਂ ਨੇ ਕੱਢਤੇ ਸਕਾਲਰਸ਼ਿਪ ਕਦੇ ਕਹਿੰਦੇ 700 ਕਰੋੜ ਰੱਖਿਆ ਕਦੇ 800 ਰੱਖਿਆ ਕਦੇ 780 ਰੱਖਿਆ ਜਾਰੀ ਤਾਂ ਕਰਦੇ ਤੁਸੀਂ ਕੁਛ ਨਹੀਂ ਔਰ ਐਤਕੀ ਤਾਂ ਸਕੀਮ ਹੀ ਨਹੀਂ ਰੱਖੀ ਅਤੇ ਫਿਰ ਮੈਨੂੰ ਇਹ ਗੱਲ ਦੱਸੋ ਜੇ 32% ਆਬਾਦੀ ਵਾਲੀ ਐਸੀ ਭਾਈਚਾਰਾ ਜੇ ਇਹਨਾਂ ਦੇ ਬੱਚੇ ਬੱਚੀਆਂ ਨਹੀਂ ਪੜਨਗੇ ਤੇਰੇ ਪੰਜਾਬ ਨੇ ਤਰੱਕੀ ਕਿੱਥੋਂ ਕਰਨੀ ਹੈ ਸੋਸ਼ਲ ਅਨਰੈਸਟ ਖੜਾ ਹੋਊਗਾ ਪੰਜਾਬ ਦੇ ਹਾਲਾਤ ਖਰਾਬ ਹੋਣਗੇ ਔਰ ਉਹ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵੀ ਅੱਜ ਇਸ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਬਜਟ 'ਚ ਰੱਖੇ ਆ ਔਰ ਮੈਂ ਅਫਸੋਸ ਨਾਲ ਕਹਿਣਾ ਮੈਨੂੰ ਪੈਂਦਾ ਕਿ ਉਸ ਦਿਨ ਸਾਨੂੰ ਬੜੇ ਤਰੀਕੇ ਨਾਲ ਸਾਨੂੰ ਵਿਧਾਨ ਸਭਾ ਆਉਣ ਨਹੀਂ ਦਿੱਤਾ ਅਸੀਂ ਕਿਸਾਨਾਂ ਦੇ 90,000 ਕਰੋੜ ਦਾ ਜਿਹੜਾ ਫਰੋਡ ਸੀ ਕਿ ਉਹ ਉਜਾਗਰ ਨਾ ਹੋ ਜਾਏ ਲਾਈਵ ਟੈਲੀਵਿਜ਼ਨ 'ਚ ਸਾਡੀ ਭੰਡੀ ਨਾ ਹੋ ਜਾਏ ਸਾਨੂੰ ਬਾਹਰ ਰੱਖਿਆ ਗਿਆ ਐਸੀ ਭਾਈਚਾਰੇ ਦਾ ਕਿਵੇਂ ਇਹਨਾਂ ਨੂੰ ਟਾਰਗੇਟ ਕੀਤਾ ਜਾ ਸਾਰੀਆਂ ਹੀ ਸਕੀਮਾਂ ਜਾਂ ਮਿਲਦੀਆਂ ਨਹੀਂ ਜਾਂ ਜਾਰੀ ਨਹੀਂ ਹੁੰਦੀਆਂ ਜਾਂ ਪ੍ਰੋਵੀਜ਼ਨ ਹੀ ਨਹੀਂ ਅਤੇ ਫਿਰ ਮੈਨੂੰ ਗੱਲ ਦੱਸੋ ਪੰਜਾਬ ਤਰੱਕੀ ਕਿਵੇਂ ਕਰ ਸਕਦਾ ਇਹ ਸਾਰੀਆਂ ਹੀ ਗੱਲਾਂ ਕਿਸਾਨਾਂ ਦੀਆਂ ਨੌਜਵਾਨਾਂ ਦੀਆਂ ਦਲਿਤ ਖੇਤ ਮਜ਼ਦੂਰਾਂ ਦੀਆਂ ਐਸੀ ਭਾਈਚਾਰੇ ਦੀਆਂ ਉਠਾਣੀਆਂ ਸਨ ਉਹਨਾਂ ਨੇ ਤਾਂ ਬਹਿ ਕੇ ਇੱਕ ਦੂਜਿਆਂ ਨੇ ਬਹਿ ਕੇ ਤਾੜੀਆਂ ਮਾਰਤੀਆਂ ਵੱਡੀ ਕਾਂਗਰਸ ਛੋਟੀ ਕਾਂਗਰਸ ਨੇ ਇਹਨਾਂ ਨੂੰ ਜਵਾਬ ਕੌਣ ਦਊਗਾ ਇਹ ਬੱਚੇ ਆਏ ਆ ਇਹ ਪੁੱਛਣ ਆਏ ਕਿ ਸਾਡਾ ਲਾਸਟ ਈਅਰ ਸਕਾਲਰਸ਼ਿਪ ਕਿੱਥੇ ਆ ਪੜ੍ਹਾ ਨਹੀਂ ਸਕਦੇ ਇਹਨਾਂ ਦੇ ਮਾਪੇ ਇਹਨਾਂ ਨੂੰ ਪੁੱਛ ਲਓ ਤੁਸੀਂ ਆਪ ਹੀ ਲੇਕਿਨ ਸਰਕਾਰ ਦੀ ਗੱਲ ਕਰੀਏ ਉਹ ਕਹਿੰਦੇ ਕਿ ਕੇਂਦਰ ਨੇ ਜਿਹੜਾ ਹੱਥ ਪੱਲਾ ਛੁਡਾ ਲਿਆ ਇਸ ਸਕਾਲਰਸ਼ਿਪ ਸਕੀਮ ਤੋਂ ਇਸ ਕਰਕੇ ਪੰਜਾਬ ਕੋਲ ਵੀ ਇੰਨਾ ਫੰਡ ਨਹੀਂ ਹੈ 12-13 ਚ ਕਾਂਗਰਸ ਦੀ UPA ਦੀ ਸਰਕਾਰ ਸੀ ਇਹ ਸਕੀਮ ਜਾਰੀ ਹੋਈ ਸੀ ਔਰ ਉਸ ਵੇਲੇ ਹੀ ਇਹ ਇਹਨਾਂ ਦੀ ਕਾਂਗਰਸ ਦੀ ਸਰਕਾਰ ਦੀ ਇਹ ਸ਼ਰਤ ਸੀ ਕਿ ਅਸੀਂ ਜਾਰੀ ਕਰ ਰਹੇ ਹਾਂ ਮਗਰ 5 ਸਾਲ ਬਾਅਦ ਸਟੇਟ ਇਹਨੂੰ ਆਪਣੇ ਪੱਧਰ 'ਤੇ ਚਲਾਉਣਗੇ ਅਸੀਂ ਉਸ ਗੱਲ ਨੂੰ ਸਵੀਕਾਰ ਕੀਤਾ ਅਸੀਂ ਚਲਾਉਂਦੇ ਰਹੇ ਇਹਨਾਂ ਨੂੰ ਪੁੱਛੋ ਕਿ ਇਹ ਸ਼ਰਤ ਤਾਂ ਤੁਹਾਡੀ ਕਾਂਗਰਸ ਨੇ ਰੱਖੀ ਸੀ ਡਾਕਟਰ ਮਨਮੋਹਨ ਸਿੰਘ ਦੀ ਸ਼ਰਤ ਸੀ ਹੁਣ ਕਿਉਂ ਭੱਜਦੇ ਆ ਚਲਾਓ ਹੁਣ ਤੁਸੀਂ ਇਸ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਕਿ ਸੈਂਟਰ ਨੇ ਕਰਤੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਸਰਕਾਰ ਹੈ ਅਤੇ ਫੈਡਰਲ ਸਟਰਕਚਰ 'ਚ ਇਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਗਏ ਜੇ ਭੱਜ ਗਏ ਫਿਰ ਦਿਓ ਅਸਤੀਫਾ ਫਿਰ ਇੱਥੇ ਕੁਰਸੀ 'ਤੇ ਕਿਵੇਂ ਬਹਿ ਜਾਓਗੇ ਹਰ ਗੱਲ ਜੇ ਤੁਸੀਂ ਸੈਂਟਰ 'ਤੇ ਠੋਕਦੇ ਹੋ ਔਰ ਅੱਜ ਖਜ਼ਾਨਾ ਮੰਤਰੀ ਨੇ ਬਜਟ 'ਚ ਕਬੂਲ ਲਿਆ ਕਿ ਮੇਰੇ ਪੱਲੇ ਕੁਛ ਨਹੀਂ ਜੇ ਮੇਰੀ ਸਰਕਾਰ ਚੱਲਦੀ ਹੈ ਤਾਂ ਸੈਂਟਰ ਦੇ ਬਦੌਲਤ ਚੱਲਦੀ ਹੈ ਫਿਰ ਜੇ ਉਸ ਚੀਜ਼ ਤਾਂ ਕਾਹਦੇ ਲਈ ਖਰਚਾ ਕਰਾ ਰਹੇ ਹੋ ਆਪ ਖਜ਼ਾਨੇ 'ਚੋਂ ਆਪਦੇ ਉੱਤੇ ਇਹ MLA ਦੇ ਕਾਹਦੇ ਲਈ ਫਿਰ ਕੰਮ ਚੱਲ ਰਿਹਾ ਮਹਾਰਾਜ ਜੀ ਅਸਲ 'ਚ ਨਾ ਤੁਸੀਂ ਹਾਫ ਇਨਫੋਰਮੇਸ਼ਨ ਇਜ਼ ਡੇਂਜਰਸ ਫੁੱਲ ਇਨਫੋਰਮੇਸ਼ਨ ਰੱਖਿਆ ਕਰੋ 12-13 'ਚ UPA ਨੇ ਸਕੀਮ ਚਲਾਈ ਮੈਂ ਕਹਿ ਰਿਹਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਸਕੀਮ ਚਲਾਈ ਔਰ ਉਸ ਵਕਤ ਕੰਡੀਸ਼ਨ ਰੱਖੀ ਔਰ ਸਟੇਟਾਂ ਨੂੰ ਉਹ ਕੰਡੀਸ਼ਨ ਮੰਨਣੀ ਪਈ ਉਦੋਂ ਸਾਡੀ ਸਰਕਾਰ 'ਚ ਕਿ ਇਹ 5 ਸਾਲ ਲਈ ਸੈਂਟਰ ਇਸ 'ਚ ਸਪੋਰਟ ਦਊਗਾ ਮੁੜ ਕੇ ਸਟੇਟ ਨੂੰ ਚਲਾਉਣੀ ਪਊਗੀ ਸਟੇਟ ਇਹ ਆਨਗੋਇੰਗ ਪ੍ਰੋਸੈਸ ਹੈ ਜੇ ਸਰਕਾਰਾਂ ਬਦਲ ਗਿਆ ਤਾਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਪ੍ਰਤੀ ਚਲਾਉਣੀਆਂ ਪੈਣੀਆਂ ਨਿਭਾਉਣੀ ਪੈਣੀ ਹੈ ਇਹ ਨਹੀਂ ਹਰ ਗੱਲ ਤੋਂ ਭੱਜ ਸਕਦੇ ਕਿ ਸੈਂਟਰ ਨੇ ਐਂ ਨਹੀਂ ਕੀਤਾ ਫਲਾਣੇ ਨੇ ਕੱਲ੍ਹ ਕੋਈ ਪਤਾ ਨਹੀਂ ਉੱਠ ਕੇ ਕਹਿਣਗੇ ਟਰੰਪ ਨੇ ਐਂ ਨਹੀਂ ਕੀਤਾ ਫਿਰ ਕੀ ਚੱਲੂ ਗੱਡੀ ਉਹ ਮਹਾਰਾਜ ਜੀ ਇਹਨਾਂ ਨੇ ਕਰਜ਼ਾ ਘਟਾ ਤਾ ਕਰਜ਼ਾ ਤਾਂ ਗਾਂਹ ਵਧਾ ਤਾ ਹੋਰ ਇਹ ਅੰਦਰ ਨਿਕਲਣਗੀਆਂ ਗੱਲਾਂ ਸਾਰੀਆਂ ਤੁਸੀਂ ਨਿਸ਼ਚਿੰਤ ਹੋ ਜਾਓ ਇਹ ਜਦ ਤੱਕ 5 ਸਾਲ ਤੱਕ ਛੱਡ ਕੇ ਜਾਣਗੇ ਲੱਖ 1 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ ਚੜਾ ਜਾਣਾ ਘਟਾ ਕੁਛ ਨਹੀਂ ਰਹੇ ਚਲੋ ਤਾਂ ਅੱਜ ਲੈ ਕੇ ਆਏ ਸੀ ਤਾਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀਗਾ ਪਹਿਲਾਂ ਛੁਣਕਣੇ ਲੈ ਕੇ ਆਏ ਸੀ ਕਿ ਇਹਨਾਂ ਨੇ ਆਹੀ ਵੰਡਦੇ ਫਿਰਦੇ ਪੰਜਾਬ ਦੇ ਲੋਕਾਂ ਨੂੰ ਇਸ ਲਈ ਅੱਧੀ ਗੱਲ ਹੈ ਬਜਟ ਖੋਖਲਾ ਫਰੋਡ ਹੈ ਕਿਲਾ ਕਾਗਜ਼ ਕਾਲੇ ਕੀਤੇ ਗਏ ਆ ਬਜਟਰੀ ਜਿਹੜਾ ਸਾਰੀ ਉਹਦੇ 'ਚ ਐਲੋਕੇਸ਼ਨ ਹੈ ਉਹ ਕੇਵਲ ਤੇ ਕੇਵਲ ਇੱਕ ਆਈ ਵਾਸ਼ ਹੈ ਕਿਲਾ 1 ਦਿਨ ਦਾ ਧੋਖਾ 1 ਦਿਨ ਦੀਆਂ ਤਾੜੀਆਂ ਅਤੇ 300 ਬਾਕੀ 65 ਦਿਨ ਲਾ ਲਓ 64 ਦਿਨ ਲਾ ਲਓ ਉਹ ਲੋਕ ਔਖੇ ਚਲੋ ਲੋਕ ਔਖੇ।